ਵੈਸੇ ਆ ਕੇ ਕੁਰਸੀਆਂ ਦੇ ਉੱਤੇ 2:30 ਵਜੇ ਬੈਠ ਜਾਂਦੇ ਨੇ, ਕੰਮ ਨੀ ਕਰਨਾ, ਕਹਿ ਦੇਣਾ ਜੀ ਸਾਡਾ ਲੰਚ ਟਾਈਮ ਆ। ਇੱਕ ਆ ਮੈਡਮ ਨੇ ਇਹ ਬਹੁਤ ਹੀ ਨਿਹਾਇਤੀ ਬਦਤਮੀਜ ਨੇ, 10 ਵਾਰ ਬੋਲ ਚੁੱਕੀ ਆ ਕਿ ਤੁਸੀਂ ਮੇਰੇ ਪੈਸੇ ਟ੍ਰਾਂਸਫਰ ਕਰੋ, ਇਹ ਨਹੀਂ ਕਰ ਰਹੇ ਜੀ। ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਹ ਵੀਡੀਓ ਫਰੀਦਕੋਟ ਕੋਲ ਜੈਤੋ ਬ੍ਰਾਂਚ ਦੇ ਪੰਜਾਬ ਨੈਸ਼ਨਲ ਬੈਂਕ ਦੀ ਹੈ, ਜਿਸ 'ਚ ਲੜਕੀ ਬੈਂਕ ਮੁਲਾਜ਼ਮਾਂ ਤੇ ਇਲਜ਼ਾਮ ਲਗਾਰੀ ਹੈ ਕਿ ਉਸਦੇ ਪਿਤਾ ਹਸਪਤਾਲ 'ਚ ਨੇ, ਉਸਨੂੰ ਪੈਸੇ ਚਾਹੀਦੇ ਸਨ ਪਰ ਬੈਂਕ ਵਾਲੇ ਆਮ ਲੋਕਾਂ ਨੂੰ ਬੇਵਕੂਫ ਬਣਾਉਂਦੇ ਨੇ। 2 ਘੰਟੇ ਤੋਂ ਲੜਕੀ ਪੈਸੇ ਟ੍ਰਾਂਸਫਰ ਕਰਨ ਲਈ ਆਖਦੀ ਰਹੀ ਪਰ ਇੱਕ ਨਾ ਚੱਲੀ। ਬੈਂਕ ਵਾਲੇ ਆਖ ਰਹੇ ਸਨ ਕਿ ਲੰਚ ਟਾਈਮ 2 ਤੋਂ 3 ਵਜੇ ਤੱਕ ਹੈ, ਜਿਸ ਤੋਂ ਬਾਅਦ ਲੜਕੀ ਨੇ ਲਾਈਵ ਹੋ ਕੇ ਆਪਣਾ ਗੁੱਸਾ ਕੱਢਿਆ। ਇਸ ਤੇ ਬੈਂਕ ਮੈਨੇਜਰ ਨੇ ਸਾਡੇ ਪੱਤਰਕਾਰ ਨੂੰ ਕੀ ਕਿਹਾ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ, ਪਰ ਪਹਿਲਾਂ ਤੁਸੀਂ ਇਹ ਵੀਡੀਓ ਦੇਖੋ। ਵੈਸੇ ਆ ਕੇ ਕੁਰਸੀਆਂ ਦੇ ਉੱਤੇ 2:30 ਵਜੇ ਬੈਠ ਜਾਂਦੇ ਨੇ, ਕੰਮ ਨੀ ਕਰਨਾ, ਕਹਿ ਦੇਣਾ ਜੀ ਸਾਡਾ ਲੰਚ ਟਾਈਮ ਆ। ਮੈਂ ਤੁਹਾਨੂੰ ਮਿਲਾਉਂਦੀ, ਇੱਥੇ ਇੱਕ ਸਰ ਬੈਠੇ ਆ, ਉਹ ਮੈਨੂੰ ਕਹਿੰਦੇ ਨੇ ਕਿ ਲੰਚ ਟਾਈਮ ਨਾ ਜਿਹੜਾ ਬੈਂਕਾਂ ਦਾ ਹੁੰਦਾ ਉਹ 2 ਤੋਂ 3 ਹੁੰਦਾ, ਸੋ ਸਾਰੇ ਜਾਣੇ ਤੁਸੀਂ ਦੇਖ ਸਕਦੇ ਹੋ ਤੇ ਮੈਂ ਤੁਹਾਨੂੰ ਦਿਖਾਉਂਦੀ ਹਾਂ। ਇੱਥੇ ਮੈਡਮ ਇੱਥੇ ਉਹ ਕਹਿ ਰਹੀ ਹੈ ਜੀ ਮੈਂ ਫਲਾਨਾ ਕੀਤਾ ਫਲਾਨਾ ਕੀਤਾ, ਕੋਈ ਆਸਾਨ ਨਹੀਂ ਕਰਦਾ ਆਪਣੇ ਉੱਤੇ, ਆਪਣੇ ਸਾਰਿਆਂ ਦੇ ਪੈਸੇ ਹੁੰਦੇ ਨੇ ਨਾ ਬੈਂਕਾਂ ਦੇ ਵਿੱਚ, ਤਾਂ ਹੀ ਇਹ ਸਾਰੇ ਨੌਕਰੀਆਂ ਕਰਦੇ ਨੇ, ਤਾਂ ਹੀ ਇਹ ਸਾਰੇ ਜਾਣੇ ਹਨਾ ਇੰਨਾ ਬੋਲਣ ਦੇ ਲਾਇਕ ਹੁੰਦੇ ਨੇ। ਤੋ ਮੈਂ ਤੁਹਾਨੂੰ ਸਾਰਿਆਂ ਦਿਖਾਉਂਦੀ ਹਾਂ, ਇਹ ਬਹੁਤ ਹੀ ਇੱਥੇ ਘਟੀਆ ਸਟਾਫ ਹੈ। ਮੈਂ ਪਹਿਲਾਂ ਪੁੱਛਿਆ ਬ੍ਰਾਂਚ ਮੈਨੇਜਰ, ਇੱਥੇ ਹੈ ਨਹੀਂ, ਜੈਤੋ ਬ੍ਰਾਂਚ ਹੈ ਜੀ ਇਹ ਫਰੀਦਕੋਟ ਜ਼ਿਲ੍ਹੇ ਦੇ ਵਿੱਚ। ਇਹ ਸਰ ਨੇ ਜੀ ਇਹ ਕਹਿੰਦੇ ਜੀ ਸਾਡਾ ਲੰਚ ਟਾਈਮ ਜਿਹੜਾ ਹੁੰਦਾ ਪੰਜਾਬ ਨੈਸ਼ਨਲ ਬੈਂਕ ਦਾ 2 ਤੋਂ 3 ਹੁੰਦਾ, ਕਿਉਂ ਬੰਦ ਕਰਾਂ ਜੀ? ਕਿਉਂ ਨਹੀਂ ਅਲਾਊਡ ਜੀ? ਜੇ ਤੁਹਾਨੂੰ ਲੰਚ ਟਾਈਮ ਅਲਾਊਡ ਹੈ, ਲੰਚ ਟਾਈਮ ਨਾ ਹੁੰਦੇ ਹੋਏ ਵੀ ਤਾਂ ਸਾਨੂੰ ਕੈਮਰਾ ਚਲਾਉਣਾ ਕਿਉਂ ਨਹੀਂ ਅਲਾਊਡ, ਮੈਨੂੰ ਐਂ ਦੱਸੋ। ਇੱਕ ਆ ਮੈਡਮ ਨੇ ਇਹ ਬਹੁਤ ਹੀ ਨਿਹਾਇਤੀ ਬਦਤਮੀਜ ਨੇ, ਇਹ 12:30 ਵਜੇ ਤੋਂ ਮੈਨੂੰ ਇਹਨਾਂ ਨੇ ਬਿਠਾਇਆ ਇੱਕ NFT ਕਰਾਉਣ ਵਾਸਤੇ, ਮੇਰੇ ਫਾਦਰ ਸਾਹਿਬ ਹਸਪੀਟਲ ਦੇ ਵਿੱਚ ਨੇ, ਮੈਂ ਤੁਹਾਨੂੰ 10 ਵਾਰ ਬੋਲ ਚੁੱਕੀ ਹਾਂ ਕਿ ਤੁਸੀਂ ਮੇਰੇ ਪੈਸੇ ਟ੍ਰਾਂਸਫਰ ਕਰੋ, ਇਹ ਨਹੀਂ ਕਰ ਰਹੇ ਜੀ। ਬ੍ਰਾਂਚ ਮੈਨੇਜਰ ਇਹਨਾਂ ਦਾ ਹੈ ਨਹੀਂ, ਤੁਸੀਂ ਸਾਰੇ ਜਾਣੇ ਦੇਖ ਸਕਦੇ ਹੋ, ਇੱਥੇ ਵਿਚਾਰੇ ਅਨਪੜ੍ਹ ਪੇਂਡੂ ਲੋਕ ਆਉਂਦੇ ਜਿਨ੍ਹਾਂ ਨੂੰ ਸਾਰੀ ਦਿਹਾੜੀ ਬੇਵਕੂਫ ਬਣਾਉਂਦੇ ਨੇ, ਹਾ 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 ਸਿਰਫ ਇਹ ਤਾੜੀਆਂ ਮਾਰ ਰਹੇ ਨੇ ਸਾਰੇ ਇੱਥੇ ਜਾਣੇ ਬੈਠ ਕੇ, ਆਪਣੀ ਕਿਸੇ ਦੀ ਵੀ ਸੋਸ਼ਲ ਸਾਈਟ ਦੇ ਉੱਤੇ ਜਾਂ ਕਿਸੇ ਵੀ ਜਗ੍ਹਾ ਕੋਈ ਵੈਲਿਊ ਹੈ ਨਹੀਂ। ਇੱਕ ਅੰਕਲ ਖੜੇ ਸੀਗੇ, ਮੈਂ ਉਹਨਾਂ ਨੂੰ ਵੇਖਿਆ ਤੇ ਉਹ ਅੰਕਲ ਖੁਦ ਅੱਜ ਇੱਥੋਂ ਖਾਤਾ ਕਲੋਜ਼ ਕਰਕੇ ਗਏ ਨੇ। ਕਿਸੇ ਬੈਂਕ ਦੇ ਵਿੱਚ ਆਪਾਂ ਖਾਤਾ ਕਲੋਜ਼ ਕਰਦੇ ਹਾਂ, ਆਪਾਂ ਨੂੰ ਇੱਕ ਵਾਰੀ ਪੁੱਛਿਆ ਜਾਂਦਾ ਜੀ ਰੀਜ਼ਨ ਕੀ ਆ ਤੁਹਾਡਾ ਖਾਤਾ ਕਲੋਜ਼ ਕਰਨ ਦਾ, ਇਹਨਾਂ ਨੇ ਮੈਨੂੰ ਬਿਲਕੁਲ ਵੀ ਨਹੀਂ ਪੁੱਛਿਆ। ਮੈਂ ਕਿਹਾ ਜੀ ਖਾਤਾ ਕਲੋਜ਼ ਕਰਨਾ, ਕਹਿੰਦੇ ਫਾਰਮ ਭਰ ਦਿਓ। ਹੁਣ ਬੈਂਕ ਦੇ ਵਿੱਚ ਲੋਕ ਕੀ ਕਰਨ ਆਉਂਦੇ? ਕੰਮ ਕਰਾਉਣ ਵਾਸਤੇ। ਇਹਨਾਂ ਨੂੰ ਬੈਂਕ ਦੇ ਵਿੱਚ ਕਾਹਦੀ ਸੈਲਰੀ ਮਿਲਦੀ ਹੈ? ਕੰਮ ਕਰਾਉਣ ਦੀ ਮਿਲਦੀ ਹੈ, ਠੀਕ ਹੈ। ਉਹ ਮੈਡਮ ਹੁਣ ਆ ਦੇਖੋ, ਹੁਣ ਸਾਰਾ ਸਟਾਫ ਨਾ ਆ ਦੇਖੋ, ਸਾਰਾ ਸਟਾਫ ਹੁਣ ਕੁਰਸੀਆਂ ਛੱਡ ਕੇ ਚਲਾ ਗਿਆ ਜੀ, ਵੀ ਸਾਡੀ ਵੀਡੀਓ ਬਣ ਰਹੀ ਹੈ। ਆ ਦੇਖੋ ਆ ਵਿਚਾਰੇ ਦੇਸੀ ਜੀ ਸਾਡੇ ਪਿੰਡਾਂ ਵਾਲੇ ਲੋਕ ਖੜੇ ਨੇ ਜਿਨ੍ਹਾਂ ਨੂੰ ਕੁਛ ਪਤਾ ਹੀ ਨਹੀਂ, ਜਿਨ੍ਹਾਂ ਨੂੰ ਹਮੇਸ਼ਾ ਬੇਵਕੂਫ ਬਣਾਇਆ ਜਾਂਦਾ ਜੀ। ਤੁਸੀਂ ਦੇਖੀਏ ਵੀਡੀਓ ਤੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਜਦੋਂ ਸਾਡੇ ਪੱਤਰਕਾਰ ਨੇ ਬੈਂਕ ਮੈਨੇਜਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਪਹਿਲਾਂ ਤਾਂ ਇੱਕ ਗੱਲ ਸਾਫ਼ ਕੀਤੀ ਕਿ ਬੈਂਕ ਦਾ ਲੰਚ ਟਾਈਮ 2 ਤੋਂ 3 ਨਹੀਂ ਬਲਕਿ 2 ਤੋਂ 2:30 ਵਜੇ ਤੱਕ ਹੈ, ਅਤੇ ਦੂਜਾ ਉਸ ਦਿਨ ਬੈਂਕ 'ਚ ਨਹੀਂ ਸਨ ਤੇ ਇਸ ਮਾਮਲੇ ਉਂਦਰ ਖਾਤੇ ਜਾਂਚ ਵੀ ਕਰ ਰਹੇ ਹਨ ਤੇ ਜੇ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਖਿਲਾਫ ਕਾਰਵਾਈ ਵੀ ਹੋਵੇਗੀ। ਨਹੀਂ ਸਰ, ਸਾਡਾ ਕੋਈ ਵੀ ਸਟਾਫ ਮੈਂਬਰ ਕਿਸੇ ਕਿਸਮ ਦਾ ਕੋਈ ਦੁਰਵਿਵਹਾਰ ਨਹੀਂ ਕਰਦਾ ਹੈਗਾ। ਅਸੀਂ ਯਾਨੀ ਕਿ ਬੜੇ ਪ੍ਰੋਪਰਲੀ ਤਰੀਕੇ ਨਾਲ ਹਰੇਕ ਕਸਟਮਰ ਨੂੰ ਵਧੀਆ ਤਰੀਕੇ ਨਾਲ ਡੀਲ ਕਰਦੇ ਹਾਂ, ਸਾਡੇ ਅਜੇ ਇਹ ਕੁਛ ਨਹੀਂ ਹੈ। ਜਿਹੜੀ ਕੋਈ ਵੀਡੀਓ ਵਾਇਰਲ ਹੋਈ ਹੈ, ਕਿਉਂਕਿ ਉਸ ਦਿਨ ਮੈਂ ਇਲੈਕਸ਼ਨ ਆਫਿਸ ਡਿਊਟੀ 'ਤੇ ਗਿਆ ਹੋਇਆ ਸੀਗਾ ਅਤੇ ਉਹਦੇ ਬਾਰੇ ਯਾਨੀ ਕਿ ਸਾਡੇ ਯਾਨੀ ਕਿ ਇਨਕੁਆਇਰੀ ਚੱਲ ਰਹੀ, ਇੰਟਰਨਲ ਇਨਕੁਆਇਰੀ ਚੱਲ ਰਹੀ ਹੈ। ਜੋ ਵੀ ਅਗਰ ਕੋਈ ਕਿਸੇ ਕਿਸਮ ਦੀ ਕੋਈ ਹੋਏਗੀ ਤਾਂ ਯਾਨੀ ਕਿ ਜੋ ਕਾਰਵਾਈ ਹੋਏਗੀ ਬੈਂਕ ਆਪਣੇ ਆਪ ਕਰੇਗਾ। ਲੰਚ ਟਾਈਮ ਸਾਡਾ 2 ਤੋਂ 2:30 ਹੈ ਸਰ। ਦੱਸ ਦਈਏ ਕਿ ਵੀਡੀਓ ਸੋਸ਼ਲ ਮੀਡੀਆ ਤੇ ਤੜਾਤੜ ਵਾਇਰਲ ਹੋ ਰਹੀ ਹੈ ਅਤੇ ਬੈਂਕ ਮੁਲਾਜ਼ਮਾਂ ਤੋਂ ਪਰੇਸ਼ਾਨ ਲੋਕ ਆਪਣਾ ਗੁੱਸਾ ਵੀ ਕੱਢ ਰਹੇ ਨੇ। ਕੇਸੀ ਦਫ਼ਤਰਾਂ 'ਚ ਬੈਠ ਕੇ ਲੋਕ ਜਨਤਾ ਨੂੰ ਪਰੇਸ਼ਾਨ ਕਰਦੇ ਨੇ, 40-50 ਹਜ਼ਾਰ ਤਨਖਾਹ ਲੈ ਕੇ ਲੋਕਾਂ ਨੂੰ ਮੂਰਖ ਬਣਾਉਂਦੇ ਨੇ। ਜੈਤੋ ਤੋਂ ਵਿਨੋਦ ਗੋਇਲ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ।
आसमां के पार हम आ चले अब यार हम चाहतों का कारवां भी साथ ले चलूं मेहनत से अपनी पालेंगे मंजिल मुश्किलें ना बदल सकेंगी अपना मुस्तकबिल पिरामिड कॉलेज ऑफ बिजनेस एंड टेक्नोलॉजी चाहा जो भी हमने पा लिया वही Pyramid College of Business and Technology. Admissions open. Call 93-978-93-978.